अज एक तरफ जिथे दिल्ली दे मुख मंत्री आम आदमी पार्टी दे सुप्रीमो अरविंद केजरीवाल अते पंजाब दे मुख मंत्री भगवान सिंह मान पटियाला विच माता हुनरी हस्पताल दे अधिकारी आधुनिक बनाउण लई तरक्की कर रहे हन। ओ एक रैली दे संबोधन लई जिस दीआं तैयारियां जोरां ते हन। हर मार्केट विच फ्लैक्स बोर्ड लगाकर उन्हां दा स्वागत कीता जा रहा है कि ओहीं पटियाला शहर दे पुराने बस स्टैंड दे नेड़े तकरीबन सारे दुकानदारां ने अपनी दुकान बंद कर ली। उस नूं झंडे लगाकर विरोध करना उन्हां दी मंग है कि पुराना बस स्टैंड जो कि प्रधान भवन है ओहनूं खोलिया जावे। ब्यूरो रिपोर्ट HSN न्यूज। मैं संदीप गर्ग। ਇਹ ਲਾਹੌਰੀ ਗੇਟ ਐਸੋਸੀਏਸ਼ਨ ਪੁਰਾਣਾ ਬੱਸ ਸਟੈਂਡ ਦੇ ਨੇੜੇ ਸਾਰੇ ਹੋਟਲ ਢਾਬਾ ਰੇੜੀ ਯੂਨੀਅਨ ਅਤੇ ਹੋਰ ਲੋਕਲ ਸ਼ਹਿਰ ਦੀਆਂ ਸਾਰੀਆਂ ਸੰਬੰਧਿਤ ਅਤੇ ਲੋਕਲ ਹੋਰ ਐਸੋਸੀਏਸ਼ਨਾਂ ਸਾਡੀਆਂ ਸਾਰੀਆਂ ਇਕੱਠੀਆਂ ਹੋਈਆਂ ਇਸ ਰੋਸ਼ ਵਿੱਚ ਇਕੱਠੇ ਹੋਣ ਦਾ ਹੀ ਕਾਰਨ ਹੈ। ਜਿਸ ਤਰ੍ਹਾਂ ਕਿ ਇਹ ਮੈਟਰ 4.5 ਮਹੀਨੇ ਤੋਂ ਚੱਲਿਆ ਆ ਰਿਹਾ ਕਿ ਪੁਰਾਣੇ ਬੱਸ ਸਟੈਂਡ ਦਾ ਕਿ ਪੁਰਾਣਾ ਬੱਸ ਸਟੈਂਡ ਬੰਦ ਕਰਕੇ ਸਰਕਾਰ ਨੇ ਬਾਹਰ ਸ਼ਿਫਟ ਕਰਤਾ ਸਾਡਾ ਸ਼ਹਿਰ। ਪੁਰਾਣੇ ਬੱਸ ਸਟੈਂਡ ਬੰਦ ਹੋਣ ਦੇ ਉੱਤੇ ਇਸ ਚੀਜ਼ ਦੇ ਵਿੱਚ ਰੋਸ਼ ਵਿੱਚ ਹੈ ਵੀ ਇਹ ਬੰਦ ਕਿਉਂ ਹੋਇਆ, ਜਦਕਿ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਪੁਰਾਣਾ ਵੀ ਚੱਲਦਾ ਰਹੇਗਾ ਨਵਾਂ ਵੀ ਚੱਲਦਾ ਰਹੇਗਾ। ਅਸੀਂ ਨਵੇਂ ਦੀ ਖਿਲਾਫਤ ਨਹੀਂ ਕਰਦੇ ਕਿ ਨਵਾਂ ਬੰਦ ਕੀਤਾ ਜਾਏ, ਇਹ ਪੁਰਾਣਾ ਹੀ ਚਲਾਇਆ ਜਾਵੇ। ਨਵਾਂ ਚੱਲ ਰਿਹਾ ਪਰ ਸਾਡੀ ਮੰਗ ਇਹ ਹੈ ਕਿ ਇੱਥੇ ਛੋਟੇ ਰੂਟ ਦੀਆਂ ਬੱਸਾਂ 40-50 ਕਿਲੋਮੀਟਰ ਦੀਆਂ ਇੱਥੇ ਚਲਾਈਆਂ ਜਾਣ ਤਾਂ ਜੋ ਸਭ ਦਾ ਰੁਜ਼ਗਾਰ ਔਰ ਆਉਣ ਜਾਣ ਦੀ ਸੁਵਿਧਾ ਬਣੀ ਰਹੇ ਸਟੂਡੈਂਟ ਦੀ ਵੀ। ਦੇਖੋ ਇੱਥੇ ਹਰ ਚੀਜ਼ ਨੇੜੇ ਸੀ, ਮਾਤਾ ਕਛੱਲਿਆ ਹਸਪੀਟਲ, ਕਚਹਿਰੀਆਂ, ਗੁਰਦੁਆਰਾ ਸਾਹਿਬ, ਮੰਦਰ, ਮਾਰਕੀਟਾਂ, ਸਾਰਾ ਕੁਛ ਨੇੜੇ ਸੀਗਾ, ਜੋ ਕਿ ਸਰਕਾਰ ਨੇ ਬਾਹਰ ਸ਼ਿਫਟ ਕਰਕੇ ਸਭ ਲਈ ਪਰੇਸ਼ਾਨੀ ਦਾ ਕਦਮ ਚੁੱਕ ਲਿਆ। ਅੱਜ ਦਾ ਸਾਡਾ ਰੋਸ਼ ਪ੍ਰਦਰਸ਼ਨ ਹੈ, ਅਸੀਂ ਕਾਲੇ ਝੰਡੇ ਲਗਾ ਕੇ ਸਾਰੀ ਮਾਰਕੀਟ ਦੇ ਵਿੱਚ ਰੋਸ਼ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਆਪਣਾ ਨਾਲੇ ਸਾਰੀ ਮਾਰਕੀਟ ਅਸੀਂ ਬੰਦ ਕੀਤੀ ਹੈ ਇਸ ਰੋਸ਼ ਵਿੱਚ ਵੀ ਮਾਨ ਸਾਹਿਬ ਤੱਕ ਸਾਡੀ ਆਵਾਜ਼ ਪਹੁੰਚ ਸਕੇ ਕਿ ਸਾਡੀ ਮੰਗ ਸ਼ਾਇਦ ਨਹੀਂ ਪਹੁੰਚੀ ਜਾਂ ਕਿਸ ਤਰ੍ਹਾਂ ਕੀ ਹੋਇਆ। ਅਸੀਂ ਚਾਹੁੰਦੇ ਹਾਂ ਮਾਨ ਸਾਹਿਬ ਨੂੰ ਸਾਡੀ ਇਹੀ ਰਿਕੁਐਸਟ ਹੈ ਕਿ ਇਹ ਜਲਦ ਤੋਂ ਜਲਦ ਖੋਲ੍ਹਿਆ ਜਾਏ ਤਾਂ ਕਿ ਲੋਕਾਂ ਦਾ ਰੁਜ਼ਗਾਰ ਬਹਾਲ ਹੋ ਸਕੇ। ਹਜੇ ਨਹੀਂ, ਪ੍ਰਸ਼ਾਸਨ ਨਾਲ, ਪੁਲਿਸ ਪ੍ਰਸ਼ਾਸਨ ਨਾਲ ਗੱਲ ਹੋਈ ਹੈ, ਉਹ ਵੀ ਕੋਸ਼ਿਸ਼ ਕਰ ਰਹੇ ਨੇ ਕਿ ਮੈਟਰ ਨੂੰ ਸੋਰਟ ਆਊਟ ਕੀਤਾ ਜਾਏ, ਉਹ ਵੀ ਮੈਟਰ ਨੂੰ ਸੋਰਟ ਆਊਟ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ। ਪਹਿਲਾਂ ਸਾਡੀ DC ਸਾਹਿਬ ਨਾਲ ਵੀ ਗੱਲ ਹੋਈ ਹੈ ਪਰ ਲੇਕਿਨ ਨਤੀਜਾ ਕੋਈ ਨਹੀਂ ਨਿਕਲਿਆ। ਜਦੋਂ ਤੱਕ ਮਾਨ ਸਾਹਿਬ ਦਾ ਇਹ ਵਾਲਾ ਰੂਟ ਮਾਤਾ ਕੁਸ਼ਲਿਆ ਦਾ ਕੰਪਲੀਟ ਨਹੀਂ ਹੋ ਜਾਂਦਾ, ਇਸ ਤੋਂ ਬਾਅਦ ਅਗਰ ਕੋਈ ਖੋਲ੍ਹਣਾ ਚਾਹੇਗਾ ਤਾਂ ਖੋਲ੍ਹ ਸਕਦਾ। ਦੇਖੋ ਜਿਵੇਂ ਸਾਡੀ ਯੂਨੀਅਨ ਕਹੇਗੀ ਮੌਕੇ ਦੇ ਉੱਤੇ ਉਹ ਥੋੜ੍ਹੀ ਦੇਰ 'ਚ ਕਲੀਅਰ ਕਰ ਦਿੱਤੀ। ਇਹ ਬੱਸ ਸਟੈਂਡ ਦੇ ਨੇੜੇ ਸਾਰੀ ਮਾਰਕੀਟ ਕੰਪਲੀਟ ਹੈ ਜੀ, ਪੂਰੀ 200 ਦੁਕਾਨਾਂ ਹੈਗੀਆਂ ਜਿਹੜੀਆਂ ਅੱਜ ਬੰਦ ਪਈਆਂ ਹੈਗੀਆਂ, ਕਿਉਂਕਿ ਇਹਨਾਂ ਨੇ ਜਿਹੜਾ ਹੈਗਾ ਪੁਰਾਣਾ ਬੱਸ ਅੱਡਾ ਸਾਡੇ ਬੰਦ ਕਰਤਾ ਹੈਗਾ ਤਾਂ ਨਵਾਂ ਸ਼ੁਰੂ ਕੀਤਾ ਸੀਗਾ, ਉਹਦੇ ਵਿੱਚ ਸਪੀਚ ਸਾਡੀ ਕੋਈ ਮੰਗ ਨਹੀਂ ਹੈ, ਇਸ ਆਮ ਆਦਮੀ ਪਾਰਟੀ ਨੇ ਸਪੀਚ ਕੀਤੀ ਸੀਗੀ ਵੀ ਇਹਨੂੰ ਖੋਲ੍ਹਿਆ ਜਾਊਗਾ, ਖੋਲ੍ਹ ਕੇ ਰੱਖਾਂਗੇ, ਇਸਨੂੰ ਇੱਕ ਦਿਨ ਵੀ ਬੰਦ ਨਹੀਂ ਹੋਣ ਦਿੰਦੇ ਹੈਗੇ। ਅਤੇ ਅੱਜ ਹੁਣ ਤੁਸੀਂ ਦੇਖ ਲਓ ਵੀ 4.5 ਮਹੀਨੇ ਹੋ ਗਏ, ਸਾਡੇ ਦਾ ਨੱਕ 'ਚ ਦਮ ਹੋ ਗਿਆ ਹੈਗਾ ਐਡਮਿਨਿਸਟ੍ਰੇਸ਼ਨਾਂ ਕੋਲ ਜਾ ਕੇ, ਜਿਨ੍ਹਾਂ 'ਚ 3-4 ਬੰਦੇ ਪ੍ਰਮੁੱਖ ਨੇ ਆਮ ਆਦਮੀ ਪਾਰਟੀ ਦੇ, MLA ਸਾਹਿਬ ਨੇ, ਕੋਹਲੀ ਸਾਹਿਬ ਨੇ, DC ਸਾਹਿਬ ਨੇ, ਹਾਂਜੀ ਪੰਨੂ ਜੀ ਨੇ ਮੀਡੀਆ ਸਲਾਹਕਾਰ, ਅਤੇ ਇਹ ਬਲਵੀਰ ਸਿੰਘ, ਡਾਕਟਰ ਬਲਵੀਰ ਸਿੰਘ ਜੀ ਨੇ, ਇਹਨਾਂ ਨੇ, ਇਹਨਾਂ ਚਾਰਾਂ ਕੋਲ ਅਸੀਂ ਜਾ ਕੇ ਥੱਕ ਗਏ ਹੈਗੇ, 4.5 ਮਹੀਨੇ ਹੋ ਗਏ, ਇਹਨਾਂ ਨੇ ਕੋਈ ਸਾਡਾ ਰਿਜ਼ਲਟ ਨਹੀਂ ਕੱਢਿਆ, ਇੱਕ ਤਾਲਾ ਖੋਲ੍ਹਣਾ ਸੀਗਾ, ਤਾਲਾ ਨਹੀਂ ਇਹਨਾਂ ਕੋਲੋਂ ਖੁੱਲ੍ਹਿਆ ਹੈਗਾ, ਜਦ ਵੀ ਅਸੀਂ ਗੱਲ ਕਰਦੇ ਹੈਗੇ ਇਹਨਾਂ ਨਾਲ ਨਵੀਆਂ ਬੱਸਾਂ ਆਉਣਗੀਆਂ ਜਦ ਖੋਲ੍ਹ ਦਾਂਗੇ, ਵੀ ਤੁਸੀਂ ਪੁਰਾਣੀਆਂ ਤਾਂ ਚਲਾ ਦਿਉ, ਹੁਣ ਵੀ ਤਾਂ ਮਾਤਾ ਕਛੱਲਿਆਂ ਨੂੰ ਕੋਈ ਬਦਲਤਾ, ਹੁਣ ਵੀ ਤਾਂ ਪੁਰਾਣੇ ਨੂੰ ਨਵਾਂ ਹੀ ਕਰ ਰਹੇ ਹਾਂ ਨਾ ਆਪਾਂ, ਅਤੇ ਇਸ ਬੱਸ ਅੱਡੇ ਨੂੰ ਪੁਰਾਣੇ ਨੂੰ ਨਵਾਂ ਕਰਨ 'ਚ ਕੀ ਇਤਰਾਜ਼ ਹੈਗਾ? ਦੁਕਾਨ ਭੁੱਖੇ ਮਰ ਰਹੇ ਤਾਂ ਹੀ ਇਕੱਠੇ ਹੋਏ ਹੋਏ ਜੀ ਸੜਕਾਂ ਦੇ ਉੱਤੇ, ਭੁੱਖੇ ਮਰ ਰਹੇ ਤਾਂ ਹੀ ਸੜਕਾਂ ਦੇ ਇਕੱਠੇ ਹੋਏ ਹੋਏ, ਨਹੀਂ ਤਾਂ ਕਿਸੇ ਨੂੰ ਕੋਈ ਸ਼ੌਂਕ ਹੈ? ਕੁਛ ਨਹੀਂ ਪਤਾ ਜੀ ਕਦ ਖੁੱਲ੍ਹਣਗੀਆਂ ਕਦ ਨਹੀਂ ਖੁੱਲ੍ਹਣਗੀਆਂ, ਜਦ ਤੱਕ ਸਾਡਾ ਫੈਸਲਾ ਨਹੀਂ ਹੁੰਦਾ ਅਸੀਂ ਨਹੀਂ ਖੋਲ੍ਹਣ ਦਿੰਦੇ ਦੁਕਾਨਾਂ ਕਿਸੇ। CM ਪੰਜਾਬ ਆ ਰਿਹਾ, ਠੀਕ ਆ, ਅਸੀਂ ਕਹਿੰਦੇ ਕਹਿ ਰਹੇ ਵੀ ਨਾ ਆਵੇ, ਮੋਸਟ ਵੈਲਕਮ, ਆਵੇ ਪਟਿਆਲੇ ਸ਼ਹਿਰ ਦੇ ਅੰਦਰ, ਉਹ ਦੇਖੇ ਹਾਲਾਤ, ਉਹਦੇ ਹਾਲਾਤ ਵੀ ਤਾਂ ਦੇਖੇ ਨਾ ਵੀ ਮੇਰੇ ਅੰਡਰ ਐਡਮਿਨਿਸਟ੍ਰੇਸ਼ਨ ਕੀ ਕਰ ਰਹੀ ਹੈਗੀ, ਉਹਦੇ ਹਾਲਾਤ ਦੇਖਣੇ ਜ਼ਰੂਰੀ ਹੈ ਪਟਿਆਲੇ ਸ਼ਹਿਰ ਦੇ ਉਸਨੂੰ।